बच्चे तेला जी दिते कोई नी अपनी छोकरी ना कि अपनी सोपन कलेजे आग ना लग आए मारा कलेजा तू साड़ी बाली सुहागी उड़ गया आग लग सी गर गुठे साड़ने बालिया थोड़ा ही मैं तो तरमका मार लिया ना तरमका अरे रहने दे तरमकेगी उम्र भी काफी तू जे खाई की बड़ी उम्र सारी गाली छोड़ी मैं थोड़े घर अच्छी ऐसी गल सुन तुहाड़े काम काज तुहाड़े हाथ बटाने आस्तै एक जनानी होनी चाहिए पर लाजमी नहीं नौकरानी भी हो सकनी हो माड़ी जनानी लाजमी होनी चाहिए जनानी उसी बच्चे अल्लाह जी देसी है ना ठीक है सोच रही हां तू बल भाई पर सोची कि काल कुरे फिर बकरी मरी माड़ी जीव काली इतनी नहीं ब्लैक कलर नहीं है छोड़ तू ब्लैक कलर नहीं है बहरहाल मैं तुकी बदवाइया ना देनी खुश हो सा पतला जा नक होना चाहिए लम्बे लम्बे बाल होने चाहिए ऐतना एक लक होना चाहिए जेड़ा माड़े हाथ गुड लक वै तू मजबूर करनी है जिद करनी है ते तो गिना नहीं होई सकनी करी किंसा चल ना कर लल लाने करी किंसा अला लोड़नी है कोई तुवाड़े दिया दबे तू क्या कुछ कर से रिश्ता लोड़ से मैं आपो लोड़ी किंसा हाय वे रमजानी वक्त ने एक बार फिर मुराज बना दिया अब्बा आज बड़े लश पश हो जुले बड़ी वास्कर चिट्टा सूट सिंधी टोपी लाई खैर तो थी ना पर माड़े रिश्ते आते थे नहीं जुले हो दस यार पुत्र मैं कुछ जुले अब्बा और ब्याह तो जुले ब्याह तो जुले हो शर्म ना ऐसी ज्यादा लोगों ने सामने ब्याह पर गया सो लोग आसन जवान पुत्र का आ रहा था लोगों ने ब्याह कसना अपने पुत्र के बारे सोचना ही कोनी ना किस चीज की शर्म नहीं ऐसी मैं डाका मारिया वा मैं चोरी की थी जे मैं उन्होंने शर्मिंदगी ना और शर्म शर्मिंदगी उठा था उन्होंने सामने जवान पुत्र का आ रहा है ना बाहर लोग गल्ला करने ओए ओए बढ़िया गल्ला करने गल्ला इस वक्त नहीं करने की काम काज कोई नहीं करने तू सो कार होनी है ना बहुत अच्छा होनी है असल की जाता ने गल्ला सुनिया पनिया लोग बढ़िया गल्ला करने संगी दोस्त ना कोई तो कार सुनाई कोनी बेइज्जती होनी तू वाली कार पे गल्ला करने हो
ਨਿਕੰਮਿਆਂ ਨੇ ਕੌਂਸਲਰ ਰਹਿਣਾ, ਇਹਨਾਂ ਦੀ ਬੜੀਆਂ ਗੱਲਾਂ ਸੁਣਨੀਆਂ ਪੈਣੀਆਂ, ਸਾਰੇ ਪੂਰੇ ਪਾਕਿਸਤਾਨ ਨੇ ਨਿਕੰਮੇ ਇਹਨਾਂ ਕੋਈ ਵੋਟ ਦੇਣੇ। ਆਹਾਂ ਇੱਕ ਅਸੀਂ ਸ਼ੁਕਰ ਕਰੇ ਅਸੈਂਬਲੀ ਨਹੀਂ ਕਿ ਅਸੀਂ ਬੈਠੇ। ਇਤਨਾ ਪਹਿਲਾ ਕਰੋ ਤੇ ਮਾੜਾ ਬਾਜੀ ਕਰੋ, ਇਹ ਜ਼ੁਲਮ ਨਹੀਂ ਹੈ, ਜ਼ੁਲਮ ਨਹੀਂ ਭਾਈ। ਕੀ ਕਰੋ ਯਾ ਕਰੋ ਮੀਰ ਯਾ ਕਰੋ ਬੱਟੀ ਯਾ ਕਰੋ, ਜਵਾਨ ਜਾਨ ਪੈਣ ਘਰ ਬੈਠੀ ਆ, ਆਪਣੇ ਬਾਰੇ ਪਹਿਲਾਂ ਸੋਚਣਾ, ਇਸ ਪੈਣੂ ਨੇ ਬਾਰੇ ਸੋਚ। ਤੇ ਮੈਂ ਤੁਹਾਨੂੰ ਨੇ ਬਾਰੇ ਸੋਚਣਾ ਪਾਪਾ, ਇਸ ਨਾ ਵਿਆਹ ਹੋ ਗਿਆ ਤੇ ਮੇਰੇ ਬੱਚੇ ਕੰਮ ਕਾਰ ਕਰਨੇ ਨਹੀਂ ਕੁਲੋ ਜੀ, ਤੁਸੀਂ ਨਾ ਖਿਆਲ ਰੱਖਣੇ ਨੇ ਜੀ। ਮੈਂ ਤੁਹਾਨੂੰ ਰੋਟੀ ਪਕਾਈ ਦੇਸਾਂ, ਮੈਂ ਤੁਹਾਨੂੰ ਰੋਟੀ ਪਕਾਈ ਦੇਸਾਂ, ਮੈਂ ਤੁਹਾਡੇ ਚੀਲੇ ਤੋਂ ਸਾਥ। ਚੁੱਪ ਕਰੀ ਕੋ, ਚੁੱਪ ਕਰੀ ਕੋ, ਪਹਿਲਾਂ ਇਸਨੇ ਹੱਥ ਕੀਨੇ ਕਰਨ ਦੇ ਮਿੱਕੀ। ਜੀਲੇ ਤਾਂ ਹੈ ਬੇਲੇ ਪਸੇ ਨਾ ਗੱਛੇ। ਹਾਂ ਬੇਲੇ ਪਸੇ ਕੀ ਗੱਛੇ, ਤੁਸੀਂ ਕੋਈ ਕੰਮ ਕਾਜ ਲੋੜਿਆ, ਵੇਲੀਆਂ ਖਾਣੇ ਹੋ, ਬੋਟੀਆਂ ਚੁੰਨੀ ਚੁੰਨੀ ਖਾਈ ਕਿੰਨੇ ਤੇ ਦੱਸਨੇ ਨੇ। ਤੁਸੀਂ ਕੋਈ ਕੰਮ ਕਾਜ ਲੋੜਿਆ, ਇਹ ਕੋਈ ਕੰਮ ਕਾਜ ਕਰਨੀ, ਇਸਨੇ ਰਿਸ਼ਤੇ ਇਸ ਨਾਲ ਕਿਆ ਪਿਛਾ ਰਿਸ਼ਤੇ ਦੇ ਭੇਜਨੇ, ਕੋਈ ਕੁਆਲਿਟੀ ਸਾ ਕੋਈ ਰਿਸ਼ਤਾ ਦੇਖੋ, ਅਸਾਂ ਨਾ ਨਹੀਂ ਆਖੀ ਸਕਣੇ ਹੋ। ਗੱਲ ਸੁਣੋ ਮਾੜੀ, ਇੱਕ ਦਿਹਾੜਾ ਵੀ ਆਪ ਆਏ ਤੇਰਾ ਭੈਣੂ ਵਾਸਤੇ ਕੋਈ ਚੀਜ਼ ਬਾਹਰੋਂ ਫਰੂਟ ਕਿ ਨਹੀਂ ਜੁਲਾ, ਕੋਈ ਚੀਜ਼ ਕਿ ਨਹੀਂ ਜੁਲਾ ਭੈਣੂ ਵਾਸਤੇ, ਭੈਣੂ ਵਾਸਤੇ ਕੋਈ ਬੰਗਾ ਹੀ ਕਿ ਨਹੀਂ ਜੁਲਾ, ਕੋਈ ਚੀਲਿਆਂ ਦਾ ਜੋੜਾ ਮੈਸੀ ਕਿ ਨਹੀਂ ਦਿਆ। ਪਤਾ ਕਰੋ ਉਸ ਜੜਾ ਉਹਨਾਂ ਨੂੰ ਖਾਲਾ ਨਸਰੀਨ ਉਹਨਾਂ ਨੇ ਅਮਰੂਦ ਖਾਈ ਜਾਂਦੇ ਦਿੱਤੇ ਨਹੀਂ ਹੁੰਦੇ। ਆਹਾਂ ਚੋਰੀ ਨੇ ਅਮਰੂਦ, ਚੋਰੀ ਨੇ ਪੈਸੇ ਆਂਦੇ ਤੇ ਨਹੀਂ। ਦੱਸ ਤੋ ਗੱਲ ਸੁਣੋ ਮਾੜੀ, ਉਹ ਬਾਤ ਬਖਤ ਆਦਮੀ ਭੈਣ ਹੀ ਆ ਤੁਹਾਡੀ ਭੈਣ, ਜਿੱਦੜਾ ਸਵਾਦਾ ਨਾ ਨਾ ਪੱਕਾ ਹੋਇਆ ਨਾ, ਤੂੰ ਉਸੇ ਦੇਣੇ ਸੇ ਨਾਲ ਪਿੰਡਾ ਹੈ, ਪਲੇਟਾਂ ਚਾਹੀ ਚਾਹੀ ਬੇੜੇ ਸੱਟਣਾ ਕਿ ਅੱਜ ਮੈਂ ਇਹ ਚੀਜ਼ ਨਾ ਖਾਣਾ, ਇਹ ਚੀਜ਼ ਨਾ ਖਾਣਾ। ਉਹ ਇੱਕ ਦਿਹਾੜਾ ਵੀ ਕਦੇ ਕਮਾਈ ਤਾਂ ਆਉਂਦਾ ਹੀ, ਪਿਓ ਕਿ 150 ਦਿੱਤਾ ਹੀ, ਅੱਬਾ ਜੀ ਇਹ ਕਿਨੋ, ਤਾਂ ਪਿਓ ਵੀ ਦਿਲ ਖੁਸ਼ ਹੋਇਆ, ਪਿਓ ਨਾ ਯਾਰ ਮਾੜਾ ਪੁੱਤਰ ਵੀ ਕੁਝ ਕਮਾਉਣਾ ਪਿਆ। ਤੇ ਪਿਓ ਕੀ ਹੋਣਾ ਚਾਹੀਦਾ ਨਾ, ਜਵਾਨ ਲਾਦੀ ਨਾ ਵਿਆਹ ਕਰੇ, ਜਵਾਨ ਲਾਦੀ ਕਿ ਸਾਸ ਵੈ ਕਮਾਈ ਹੈ, ਅੱਬਾ ਨਾ ਜਿੰਨਾ ਹੀ ਕੋਈ ਪੁੱਤਰ ਐਵੇਂ ਜਾਈ ਰਾਜ ਕਰਨੇ ਨਾਲ, ਤੁਸੀਂ ਸਾਥ ਕਰਦੇ ਤਾਂ ਮੈਂ ਵਿਆਹ ਸੀ ਨਾ। ਮੇਰੀ ਗੱਲ ਸੁਣ, ਬਹੁਤੀਆਂ ਗੱਲਾਂ ਨਾ ਕਰ ਅੱਬਾ ਜੀ, ਯਾਰ ਵਿਆਹ ਤੇ ਜਿੰਨਾ ਲੇਟ ਹੋ ਲੇਵੇ, ਅੱਧੀਆਂ ਗੱਲਾਂ ਨਹੀਂ ਮੁੱਕਣ ਲੱਗੀਆਂ। ਤੂੰ ਚੁੱਪ ਕਰ, ਇਹ ਤਾਂ ਹਰ ਰਿਸ਼ਤਾ ਹੀ ਕਰਨਾ ਪਿਆ ਹੀ ਕਰਨਾ, ਐਵੇਂ ਜਾਂ ਵੀ ਨਾਲ ਖੱਜਲ ਵੀ ਜੋਨੀ ਹੈ, ਇਸ ਕੀ ਪਾਲਾ ਜੰਮਿਆ ਨਹੀਂ ਜੰਮੀ ਤਾਂ ਤੁਹਾਨੂੰ ਪਹਿਲੇ ਨੰਬਰ ਮਾਰਾ ਪਿਆ ਨਾ ਕਚਾਰਨਾ। ਇਹ ਹੀ ਗਲਤੀ ਹੋਏਗੀ ਮਾੜੀ ਕੋਲੋਂ, ਦੋ ਸਾਲਾਂ ਦੀ ਫਰਕ ਤਾਂ ਨਾ, ਇਹ ਹੀ ਗਲਤੀ ਹੋਏਗੀ ਮਾੜੀ ਕੋਲੋਂ, ਜੇ ਤੂੰ ਸਾ ਮਾੜੇ ਘਰ ਜੰਮਣ ਹੋਏ ਹੋ। ਜੰਮਣ ਹੋਏ ਮਾੜੀ ਤਾਂ ਸੁਣੋ ਪਾ, ਮਾੜਾ ਕਰ ਪਹਿਲਾ ਵਿਆਹ ਨੂੰ ਐ ਨਾ, ਮੈਂ ਘਰ ਛੋੜੀ ਚਲਾ ਗਿਆ ਸਾਂ, ਫਿਰ ਤੁਸੀਂ ਮਾੜੇ ਪਿੱਛੇ ਰੋਇਆ ਨਾ, ਜਿੰਗੇ ਨਾ ਪਾ ਲਿਆ ਏ। ਹੁਣ ਚੁੱਪ ਕੀ ਆਈ ਗਿਓ, ਮੈਂ ਤੁਕੀ ਨਾਈ ਨਾ ਭੇਜਣਾ, ਯਾ ਮੈਂ ਤੁਕੀ ਜਿਰਗਾ ਕਰਾਈ ਨਾ ਆਉਣ ਲਗਾ ਜੇ। ਅੱਛਾ ਜੀ ਮੁੜੀ ਘਰ, ਪੁੱਤਰ ਜੀ ਮੈਂ ਉਹ ਪਿਓ ਨਾ, ਨਿਕਲਣਾ ਹੀ ਤਾਂ ਹੁਣ ਨਿਕਲ। ਅੱਛਾ ਹਾਂ, ਤੁਸੀਂ ਨਾ ਫੈਸਲਾ ਵੀ ਪਿਆ ਸੀ ਨਾ ਪਹਿਲਾਂ ਕਰਾ ਸਾਂ, ਫਿਰ ਮਾੜੀ ਆਖਰੀ ਗੱਲ ਸੁਣੀ, ਮਾੜੀ ਆਖਰੀ ਗੱਲ ਸੁਣੀ ਕਿ ਨਾ, ਅਗਰ ਇਸ ਨਾ ਪਿਆ ਸੀ ਇਸ ਦੀ ਬਰਾਤ ਆਸੀ ਨਾ, ਤਾਂ ਫਿਰ ਮੈਂ ਹੋਰ ਗੈਰ ਨਹੀਂ ਹੋਣ ਲਈ, ਮੈਂ ਪੂਰੀ ਬਰਾਤ ਇੱਕ ਗਲਾਸਾਂ ਤੱਕ ਲੱਗ ਲਾਸੇ ਲੰਦੀਆ। ਬੜਾ ਆਇਆ ਹੀ ਅੱਗਾ ਲਾਣੇ ਵਾਲਾ, ਕੋਈ ਆਇਆ ਕਰ, ਭੈਣੂ ਦੀ ਬਰਾਤ ਕੀ ਅੱਗ ਲਾਸੇ। ਜਨਾਨੀ ਇਜਾਜ਼ਤ ਚਾਹੀਦੀ ਸੀ ਮਿਕੀ ਦੂਆ ਵਿਆਹ ਕਰਨੇ ਨੀ, ਹੁਣ ਮੈਂ ਤੁਹਾਡੇ ਨਾਲ ਵਿਆਹ ਕਰ ਸਕਦਾ। ਸੱਚੀ? हाय रमजानी कितने मजे आसन ना, ऐसे मजे आसन बैठे खासा बैठे की। हां है कम कौन करसी, कम करण कमी कमीन है, वे ऐसा किया कम करिया है, ए मौ पियू नी जायदाद, ए बाड़ी, ए जमीना, माल डंगर किसने कम आसन, बड़ी नौकरा ने मारी गल पूछ। ਮੈਂ ਬਿਆਹੀ ਕਿ ਤੇਰੇ ਘਰੇ ਚਲੀ ਗਿਆ ਸਾਂ ਨਾ, ਮੈਂ ਘਰੇ ਨਾ ਕੋਈ ਕੰਮ ਨਾ ਕਰਨੀ ਆ। ਤੂੰ ਕੀ ਕੰਮ ਕਰੇ, ਮੈਂ ਸਾਰਾ ਤੁਹਾਡੀ ਜਨਾਨੀ ਕੋਲੋਂ ਕਰਵਾ ਸਾਂ। ਲੰਗੀ ਛੋ ਕੁਣਿਓ, ਆਏ ਨਹੀਂ ਆ ਪਾਏ। ਅੱਛਾ ਗਿਆ ਤੱਪਿਆ ਆ ਪੁੱਤਰ ਤੁਹਾਡਾ, ਦੇ ਦੇ ਕੇ ਬਾ ਛੋੜ, ਜਵਾਨ ਔਲਾਦ ਹੋਈ ਕਿ ਛੇ ਨਾ, ਮਾਉ ਪੀ ਵਾਸਤੇ ਬੜਾ ਅਜ਼ਾਬ ਹੋਣਾ, ਆਏ ਅਜ਼ਾਬ ਹੋਣਾ ਛੋੜ। ਇੱਕ ਰੁਪਇਆ ਨੀ ਕਮਾਉਣਾ, ਉਲਟਾ ਵਿਆਹ ਕਰੋ ਜੀ ਮਾੜਾ। ਉਹ ਵਿਆਹ ਕਿੱਥੋਂ ਕਰਾਂ, ਅੱਲਾ ਨੇ ਮੰਦਿਆ ਜਵਾਨ ਜਵਾਨ ਧੀ ਘਰ ਮਾੜੇ ਬੈਠੀ ਵੀ, ਹਾਂਜੀ ਇਸ ਨਾਲ ਮੈਂ ਪਹਿਲੇ ਹੱਥ ਪੀਲੇ ਕਰਾਂ ਜਾਂ ਉਸਨੇ ਮੈਂ ਵਿਆਹ ਕਰਾਂ। ਚਲੋ ਇਸ ਨਾਲ ਤਾਂ ਸਰ ਬੰਦ ਹੋਈ ਗਿਆ, ਠੀਕ ਹੈ ਮੈਂ ਆਈ ਜੀ ਹਾਂ, ਤੇ ਉਸ ਨਾਲ ਫਿਰ ਲੋੜੋ ਕੋਈ ਕੁੜੀ ਛੁੜੀ ਤਾਂ ਉਸ ਨਾਲ ਵਿਆਹ ਕਰਾਈ ਛੋੜ।
ਐ ਸਿੱਧੀ ਗੱਲ ਬਾਂ ਮੈਂ ਕਿ ਹੁਣ ਫਿਰ ਮੈਂ ਕਹਿ ਅੱਛੀ ਤਾਂ ਕਹਾਣੀਆਂ ਬਾਂ ਪਤਾ ਹੀ ਕਹਿ ਜੀ ਪਤਾ ਹੀ ਨਾ 15 ਸਾਲ ਹੋਏ ਕਿ ਮੜ ਵਿਆਹ ਕੀ ਬੱਚੀ ਬੱਚਾ ਥਿਆ ਕੋਈ ਨਹੀਂ ਮੈਂ ਆਣੀ ਆ ਕੋਈ ਰਮਜ਼ਾਨੀ ਨਾ ਵਿਆਹ ਕਰ ਇਸ ਨਹੀਂ ਮੈਂ ਤੁਸੀਂ ਨਹੀਂ ਕਹਿ ਮਦਦ ਕਰ ਸਕਣਾ ਹੈ ਕਿਆ ਕਰਨੇ ਹੋ ਨਾ ਰਮਜ਼ਾਨੀ ਨਾ ਵਿਆਹ ਕਰਨ ਲੱਗੇ ਹੋ ਤੁਹਾਡੇ ਕੋਲ ਕਸਮ ਤਾਂ ਪੁੱਛਣੇ ਦੀ ਆਏ ਹੋ ਤਾਂ ਕਰ ਜੋੜੋ ਨਾ ਮੈਨੂੰ ਕਿੰਨੀ ਚੰਗੀ ਲੱਗਣੀ ਹੈ ਮੈਂ ਆਪਣੀ ਭੈਣ ਆਪਣੀ ਬੱਚੀ ਬਣਾਈ ਤੇ ਰੱਖਸਾਂ ਆਪਣੀ ਸੋਹਣੀ ਮੈਂ ਸੌਂਕਣੇ ਵਾਲੀ ਗੱਲ ਹੀ ਕੋਈ ਨਾ ਕਰਨ ਲੱਗੀ ਕਸਮੇ ਮੈਂ ਬੜਾ ਪਿਆਰ ਦੀ ਸੀ ਦੀਦੀ ਤੁਹਾਡਾ ਦਿਮਾਗ ਤਾਂ ਜਾਈ ਪਿਆ ਕੋਈ ਹੁਣ ਹੀ ਤਾਂ ਦਿਮਾਗ ਜਾਈ ਪਰ ਆਇਆ ਜਿਸ ਵੇਲਾ ਤੁਹਾਡਾ ਕੁੱਤਾ ਪੋਂਕਿਆ ਮਾੜੇ ਪਰ ਪੈਣ ਲਗਾ ਸਾ ਮੱਸੇ ਉਸ ਕੋਲ ਬੱਚੀਆਂ ਤਾਂ ਦੂਆ ਜਿਹੜਾ ਪੁੱਤਰ ਤੁਹਾਡਾ ਉਹ ਵੀ ਕਿਧਰ ਗਿੱਲਾ ਮਾਰੀ ਤੁੱਧਰ ਗਿਆ ਨਾ ਹੁਣ ਤਾਂ ਦਿਮਾਗ ਜਾਈ ਪਰ ਆਇਆ ਭੈਣੂ ਗੱਲ ਸੁਣ ਮਾੜੀ ਕੁੱਥਾ ਤੁਹਾਡਾ ਰਮਜ਼ਾਨੀ ਤੇ ਕੁੱਥਾ ਮਾੜੀ ਤੀ ਹੈ ਗੱਲ ਕਰਨੇ ਹੋਈ ਭੈਣੋ ਤੁਸੀਂ ਉਹ ਨਹੀਂ ਆਇਆ ਜਰਾ ਕਿ ਮੈਂ ਪ੍ਰਭੂ ਨੇ ਸਾਹਮਣੇ ਕਿਆ ਗੱਲ ਕਰਉਣੀ ਆਏ ਰਮਜ਼ਾਨੀ ਖੁੰਡੀ ਕਿ ਨਹੀਂ ਤੇ ਫਿਰਨਾ ਜਾਂ ਵਸਖੀਆਂ ਪਰ ਟੁਰਨਾ ਚੰਗਾ ਭੱਲਾ ਆ ਜਵਾਨ ਜਾਨ ਜੇ ਸੋਹਣਾ ਆ ਤੇ ਨਾਲੇ ਬੱਚੀਆਂ ਨੇ ਕਾਇਆ ਇਹ ਤਾਂ ਹੁਣ ਜਵਾਨ ਬੈਠੀ ਹੈ ਨਾ ਦੋਹਾਂ ਦਿਹਾੜਿਆਂ ਬਾਅਦ ਬੁੱਢੀ ਹੋਈ ਗਈ ਸੀ ਇਹ ਬੱਚੀਆਂ ਮੂੰਹ ਬਹਿਲੇ 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 ਨਾ ਭੈਣੋ ਛੋੜ ਭੈਣੋ ਛੋੜ ਕੋਈ ਹੋਰ ਕੋਈ ਕਾਰ ਗੱਚੀ ਬਹੁ ਗੱਚੀ ਤੇ ਕੋਈ ਰਿਸ਼ਤਾ ਲੋੜ ਮਾੜੇ ਘਰ ਤੋਂ ਕਿਸ ਵਸਤੇ ਆਈ ਹੈ ਐਵੇਂ ਅਪਰੂ ਹੋਰ ਜ਼ਖਮਾਂ ਪਰ ਨਿਮਕ ਛੜਕਣੇ ਆਸੇ ਆਈ ਹੈ ਮੈਂ ਦੁਖੀ ਰਾਣੀ ਬਣਾਈ ਤੇ ਰੱਖ ਸਕ ਸੱਚੀ ਮੁੱਚੀ ਹਾਏ ਮੈਂ ਆਖਿਆ ਇਹ ਖੁਸ਼ਖਬਰੀ ਤੂੰ ਕੀ ਸੁਣਾਈ ਹੈ ਚਾ ਚਲ ਆ ਫਿਰ ਅਸਾਂ ਕੁਝ ਈਟਨ ਬਾਟਨ ਕਰੀਏ ਇਟਨ ਬਾਟਨ ਕਿਆ ਹੋਣਾ ਕੁਝ ਖਾਈ ਪੀਏ ਚੀਏ ਗੱਲ ਸੁਣ ਇੱਕ ਡੰਡੇ ਚ ਦੋ ਆਈਸਕ੍ਰੀਮਾਂ ਬਾਈ ਤੂੰ ਖਾਈਆ ਚੱਲਿਆ ਇੱਕ ਡੰਡੇ ਚ ਦੋ ਆਈਸਕ੍ਰੀਮਾਂ ਨਹੀਂ ਹੋਣੀਆਂ ਇੱਕ ਗਲਾਸ ਚ ਦੋ ਚਮਚ ਹੋਣੇ ਤੇ ਆਈਸਕ੍ਰੀਮਾਂ ਉਹਨਾਂ ਨਾਲ ਖਾਧੀਆਂ ਜਾਣੀਆਂ ਚਲੋ ਜਿਹੜੀ ਚੀਜ਼ ਚਮਚੇ ਨਾਲ ਖਾਣੀ ਹੋਈ ਚਮਚੇ ਨਾਲ ਜਿਹੜੀ ਤੀਲੇ ਨਾਲ ਖਾਈ ਨਾ ਤੀਲੇ ਨਾਲ ਆ ਖੁਸ਼ੀ ਨਾਲ ਮੈਂ ਫੁੱਲੀ ਤੇ ਤੀਲਾ ਹੋਈ ਉਹ ਫੁੱਲੀ ਤੇ ਕੁੱਪਾ ਹੋ ਗਿਆ ਚੱਲ ਚੱਲ ਅੱਬਾ ਜੀ ਆਪਾਂ ਔਰੀ ਪਹਿਲੀ ਵਾਰੀ ਅਸਾਨੇ ਘਰ ਆਏ ਤੇ ਇਹਨਾਂ ਦੀ ਕਾਲੀ ਹੱਥ ਨਾ ਟੋਰੋ ਨਾ ਹੁਣ ਕਿਆ ਆਖਣਾ ਹੈ ਹੁਣ ਬਾ ਠੀਕ ਹੈ ਭੈਣੂ ਮੈਂ ਕਿਆ ਕਹਿ ਸਕਦਾ ਚੱਲ ਠੀਕ ਹੈ ਜਿਸ ਤਰ੍ਹਾਂ ਮਾੜੀ ਭੈਣ ਖੁਸ਼ ਜਿਸ ਤਰ੍ਹਾਂ ਮਾੜੀ ਧੀ ਖੁਸ਼ ਹੈ ਨਹੀਂ ਤੱਕੋ ਨਾ ਮੈਂ ਸ਼ਰਾਉਣਾ ਧੀਆਂ ਭੈਣਾਂ ਕੋਲ ਬੰਦਾ ਪੁੱਛੀ ਤੇ ਰਿਸ਼ਤੇ ਕਰਨਾ ਕਹਿ ਹੈ ਲੈ ਠੀਕ ਹੈ ਭੈਣੂ ਅਸਾਂ ਕੀ ਰਿਸ਼ਤਾ ਮਨਜ਼ੂਰ ਆ ਬਿਲਕੁਲ ਠੀਕ ਹੈ ਨਾ ਬਹੁਤ ਸ਼ੁਕਰੀਆ ਹੁਣ ਮੈਂ ਤਿਆਰੀ ਸ਼ੇਰੀ ਕਰਾਂ ਨਾ ਤਿਆਰੀ ਕਰੋ ਬਸ ਅਸਾਂ ਵੀ ਤਿਆਰੀ ਕਰਨੇ ਆ ਲੈ ਇਹ ਜਿਹੜਾ ਰੱਖਿਆ ਵਾਈ ਨਾ ਫੋਕਣਾ ਹੀ ਪਿਆ ਤੋਂ ਫਿਰ ਮੈਂ ਕੀ ਪੈਸੀ ਆ ਮੈਂ ਛੋੜੀ ਜਾ ਉੱਥੇ ਬਸ ਕੋਈ ਪੁੱਤ ਬਾਹਰ ਛੋੜੀ ਆ ਆ ਵੀ ਛੋੜੀ ਆ ਕੋ ਅੱਲਾ ਨੇ ਵਾਲਾ ਜੀ ਨਾ ਆ ਜੀ ਲੋ ਮੇਰੇ ਸੰਗ ਬਾਹਰ ਛੋੜੀ ਮਿਸਿਸ ਬਖਤੋ ਯੂ ਆਰ ਵੇਅਰ ਕੁਦਰੋ ਇਧਰ ਕੁਦਰੋ ਤੁਹਾਡੇ ਤੀਆਂ ਕੋਟੀ ਕੀ ਨੇ ਤਾਂ ਆਈਆਂ ਇਹ ਕੋਣੀ ਇਹ ਤੁਹਾਡੀ ਸੋਕਣ ਇਹ ਕਹਿ ਇਹ ਤੇ ਸੋਕਣ ਮੈਂ ਕਰੀ ਆਂਦੀ ਨਿਕਾਹ ਕਰੀ ਕਿਤੇ ਚੱਲ ਫਿਰ ਹੁਣ ਇਸ ਦੇ ਨਾਲ ਵੀ ਨਿਕਾਹ ਪੜਾ ਮਿਕੀ ਦੋਵੇਂ ਸੋਕਣਾ ਮਨਜ਼ੂਰੀਆਂ